ਇੱਕ ਐਲਾਨ ਸਮਾਤ ਫਰਮਾਏ 25 ਰਮਜ਼ਾਨ ਬਰੋਜ਼ ਜੁਮਾ ਹੈਦਰੀ ਚੌਕ ਬਡਿਆਣਾ ਮੇਂ ਮਜਲਿਸ ਅਜ਼ਾ ਕਾ ਇਨਕਾਦ ਕੀਆ ਗਿਆ ਹੈ। ਤਮਾਮ ਮੋਮਿਨੀਨ ਸੇ ਸ਼ਿਰਕਤ ਕੀ ਅਪੀਲ ਹੈ। ਅਬ ਮੈਂ ਮੁਲਤਮਿਸ ਹੂੰ ਜ਼ਾਕਿਰ ਅਹਿਲੇ ਬੈਤ ਸੈਯਦ ਫਰਿਆਦ ਸ਼ਮਸੀ ਸਾਹਿਬ ਸੇ ਕਿ ਵੋ ਮਿੰਬਰ ਪਰ ਆਏ ਔਰ ਜ਼ਿਕਰ ਫਜ਼ਾਇਲ ਮੁਹੰਮਦ ਅਹਿਲੇ ਬੈਤ ਮੁਹੰਮਦ ਬਿਆਨ ਫਰਮਾਏ। ਬਰ ਮੁਹੰਮਦ ਵਾਲੇ ਮੁਹੰਮਦ ਬੁਲੰਦ ਤਰ ਸਲਾਵਾ ਇਲਤਮਾਸ ਦੁਆ ਬਰੇ ਮਾਫਤ ਹੁਜਤ ਖੁਦਾ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅੱਲਾਹੁਮ ਕੁਲ ਵਲੀਯਕ ਅਲ ਹੁਜਤ ਇਬਨ ਅਲ ਹਸਨ ਅਲੈਹਿ ਸਲਾਮ ਸਲਵਾਤੁਕਾ ਅਲੈਹਿ ਵਲਾ ਅਬਾਇਹਿ ਫੀ ਹਾਜ਼ਿਹਿ ਸਾਅਤ ਵਫੀ ਕੁਲ ਸਾਅਤ ਵਲੀਯੁਮ ਵਹਾਫਿਜ਼ੁਮ ਵਕਾਇਦੁਮ ਵਨਾਸਿਰੁਮ ਵਦਲੀਲੁਮ ਵਾਇਦਾਮ ਹਤਾ ਤੁਸਕਨਹੁ ਵਰਜ਼ਕਾਤ ਵਾਨ ਵਤੁਮਤਿਅਹੁ ਫੀਹਾ ਤਵੀਲਾ ਯਾ ਰੱਬਾ ਮੁਹੰਮਦ ਇਮਵਾ ਆਲ ਮੁਹੰਮਦ ਵਾਜਿਲ ਫਰਜਾ ਆਲ ਮੁਹੰਮਦ ਕਰੀਮ ਅੱਲਾ ਰਹੀਮ ਅੱਲਾ ਇਸ ਇਬਾਦਤ ਨੂੰ ਆਪਣੇ ਪਾਕ ਦਰਬਾਰ ਵਿੱਚ ਕਬੂਲ ਔਰ ਮਨਜ਼ੂਰ ਫਰਮਾ। ਮੇਰਾ ਮਾਲਿਕ ਜਿਤਨੇ ਹਾਜ਼ਰ ਹੈ ਇਹਨਾਂ ਦੇ ਗੁਨਾਹ ਮਾਫ ਫਰਮਾ। ਇਹ ਜ਼ਿਕਰ ਪਾਕ ਵਿੱਚ ਅਗਰ ਕੋਈ ਬਿਮਾਰ ਹੈ ਤੋ ਸ਼ਿਫਾ ਅਤਾ ਫਰਮਾ, ਕੋਈ ਬੇਰੁਜ਼ਗਾਰ ਹੈ ਤੋ ਰਿਜ਼ਕੇ ਹਲਾਲ ਅਤਾ ਫਰਮਾ, ਕੋਈ ਮਕਰੂਜ਼ ਹੈ ਤੋ ਗੈਬ ਤੋ ਉਸਦੀ ਮਦਦ ਫਰਮਾ। ਮੇਰਾ ਮਾਲਿਕ ਮਜ਼ਬ ਹੱਕਾ ਦਾ ਬੋਲ ਬਾਲਾ ਫਰਮਾ, ਉਲਮਾਏ ਹੱਕਾ ਦੀ ਜ਼ਿੰਦਗੀ ਦਾ ਰਾਜ਼ ਫਰਮਾ, ਸ਼ਹੀਦ ਮਿਲਤ ਜਾਫਰੀਆ ਦੇ ਦਰਜਾਤ ਬੁਲੰਦ ਫਰਮਾ, ਮਾਲਿਕ ਅੱਲਾ ਬਾਨੀਆਨ ਦੇ ਇੱਜ਼ਤ ਰਿਜ਼ਕ ਔਰ ਬਖਤ ਚ ਮਜ਼ੀਦ ਇਜ਼ਾਫਾ ਫਰਮਾ, ਹਰ ਮਾਤਮੀ ਦੇ ਵਿਹੜੇ ਆਬਾਦ ਫਰਮਾ, ਹਰ ਅਲੀਯਨ ਵਲੀ ਉੱਲਾ ਪੜਨ ਆਲੇ ਦੀ ਮੁਹਾਫਜ਼ਤ ਫਰਮਾ। ਮੇਰਾ ਮਾਲਿਕ ਸਾਡੇ ਮੁਲਕ ਪਾਕਿਸਤਾਨ ਦੇ ਹਾਲ 'ਤੇ ਰਹਿਮ ਫਰਮਾ। ਮੇਰਾ ਮਾਲਿਕ ਸ਼ੀਆ ਸੁੰਨੀ ਦਾ ਇਤਿਹਾਦ ਕਾਇਮ ਦੈਮ ਫਰਮਾ, ਜਿਹੜੇ ਔਰ ਝਗੜੇ ਤਾਂ ਮੁੱਕਦੇ ਨੇ ਜੋ ਬਾਹਰ ਮੇਂ ਇਮਾਮ ਦਾ ਜ਼ਹੂਰ ਹੋਵੇ। ਆਪਣੀ ਇੱਜ਼ਤ ਦਾ ਵਾਸਤੇ ਯੂਸਫ਼ ਜ਼ਹਰਾ ਦੇ ਜ਼ਹੂਰ ਵਿੱਚ ਤਾਜ਼ੀਲ ਫਰਮਾ। ਬਹੁਤ ਬੜੀ ਦੁਆ ਮੰਗਣਾ ਚਾਹੁੰਦਾ ਮੀਨ ਸਾਰੇ ਆਖਣਾ, ਮੇਰਾ ਮਾਲਿਕ ਦੂਰ ਕਰੀਬ ਤੋਂ ਕੋਈ ਜਿਸ ਜਿਸ ਮਕਾਮ ਤੋਂ ਟੁਰ ਰਿਹਾ ਹੈ ਕਿਸੇ ਮੋਮਨ ਮਰਦ ਮਸਤੂਰ ਸ਼ੀਆ ਸੁੰਨੀ ਅਜ਼ਾਦਾਰ ਨੂੰ, ਮੇਰਾ ਮਾਲਿਕ ਕਿਸੇ ਨੂੰ ਉਤਨੀ ਦੇਰ ਤੱਕ ਮੌਤ ਨਾ ਆਵੇ ਜਬ ਤੱਕ 14 ਦਾ ਜ਼ਵਾਰ ਨਾ ਬਣ ਜਾਵੇ। ਜਿਨਾ ਅਮੀਨ ਆਖੀ ਮਾਲਿਕ ਦੁਆ ਮੁਸਤਜਾਬ ਫਰਮਾਵੇ। ਸਾਰੇ ਮਿਲ ਕੇ ਇੱਕ ਸਲਵਾਤ ਐਸੀ ਪੜੋ ਜ਼ਿੰਦਗੀ ਦੇ ਗੁਨਾਹ ਮਾਫ ਹੋ ਜਾਵੇਂ। ਇਜਾਜ਼ਤ ਹੈ ਜੀ, ਨੌਕਰੀ ਸ਼ੁਰੂ ਕਰੀਏ। ਜਿਤਨੇ ਹੋ ਕਾਫੀ ਹੋ, ਸੁਣਨ ਵਾਲਾ ਇੱਕ ਹੋਵੇ, ਪੜ੍ਹਨ ਵਾਲਾ ਇੱਕ ਹੋਵੇ ਅਤੇ ਮਜਲਸ ਫਿਰ ਵੀ ਹੋ ਜਾਂਦੀ ਹੈ। ਫਿਤਰਤੀ ਤਕਾਜ਼ਾ ਥੱਕ ਜਾਣਾ ਸ਼ਾਮਲ ਹੋ ਜਾਓ ਤਾਂ ਮੈਂ ਪਹਿਲਾ ਜੁਮਲਾ ਜਨਾਬ ਦੇ ਹਵਾਲੇ ਕਰਾਂ। ਮਰਜ਼ੀ ਤਾਂ ਮੇਰੀ ਹੈ ਕਿਉਂਕਿ ਸਫ਼ਰ ਢੇਰ ਸਾਰਾ ਕਰਕੇ ਜਨਾਬ ਦੀ ਖਿਦਮਤ 'ਚ ਹਾਜ਼ਰ ਹਾਂ, ਅਤੇ ਇੱਕ ਜੁਮਲਾ ਮੈਂ ਫਜ਼ੀਲਤ ਦਾ ਪੜ੍ਹਨਾ ਚਾਹੁੰਦਾ ਤਾਂ ਕਿ ਆਮਦੋ ਰਫ਼ਤ ਵਾਲਾ ਸਿਲਸਿਲਾ ਵੀ ਖਤਮ ਹੋ ਜਾਵੇ ਅਤੇ ਫਿਰ ਮੈਂ ਮਸਾਇਬ ਵਾਲੇ ਪਾਸੇ ਆਵਾਂ। ਅਤੇ ਮੇਰੀ ਮਰਜ਼ੀ ਹੈ ਕਿ ਮੈਂ ਫਜ਼ਾਇਲ ਦਾ ਜੁਮਲਾ ਇਮਾਮੇ ਹਸਨ ਅਲੈ ਸਲਾਮ ਦੀ ਅਜ਼ਮਤ ਦਾ ਪੜ੍ਹਾਂ। ਜੇ ਤਕਲੀਫ ਨਾ ਸਮਝੋ ਤਾਂ ਸਾਰੇ ਮਿਲ ਕੇ ਬਾਦਸ਼ਾਹ ਦੀ ਅਜ਼ਮਤ ਅਤੇ ਸਲਵਾਤ ਪੜ੍ਹ ਦਿਓ। ਕਿਉਂਕਿ ਬਾਦਸ਼ਾਹ ਦੀ ਆਮਦ ਕਰੀਬ ਕਰੀਬ ਹੋਈ ਹੈ, ਬਾਦਸ਼ਾਹ ਦੀ ਆਮਦ ਤੋਂ ਫਜ਼ਾਇਲ ਦੇ ਹਵਾਲੇ ਨਾਲ ਇਹ ਮਹੀਨਾ ਚੌਖਾ ਬਣਦਾ ਹੈ ਬਾਦਸ਼ਾਹ ਦਾ।
ਤੋ ਮੈਂ ਮੌਲਾ ਹਸਨ ਬਾਦਸ਼ਾਹ ਦੀ ਫਜ਼ੀਲਤ ਦਾ ਇੱਕ ਜੁਮਲਾ ਆਖਣਾ ਚਾਹੁੰਦਾ, ਤੁਹਾਡੀ ਤਵੱਜੋ ਨਾ ਬਿਖਰੇ ਅਤੇ ਮੈਂ ਪਹੁੰਚਾ ਲੈਣਾ ਜੁਮਲਾ। ਇੱਕ ਬੰਦਾ ਮੌਲਾ ਹਸਨ ਬਾਦਸ਼ਾਹ ਦੇ ਦਸਤਰਖਾਨ ਦੀ ਫਜ਼ੀਲਤ ਸੁਣ ਕੇ ਟੁਰਦਾ ਟੁਰਦਾ ਮਦੀਨੇ ਆਇਆ। ਯਾਨੀ ਉਸਦੇ ਜ਼ਿਹਨ ਵਿੱਚ ਇੱਕ ਸਵਾਲ ਆਈ ਲੋਕਾਂ ਕੋਲ ਸੁਣਦਾ ਹੀ ਕਿ ਬਾਦਸ਼ਾਹ ਦਾ ਦਸਤਰਖਾਨ ਬੜਾ ਮਸ਼ਹੂਰ ਹੈ, ਤੋ ਬੰਦਾ ਸਫ਼ਰ ਕਰਕੇ ਬਾਦਸ਼ਾਹ ਦੇ ਦਸਤਰਖਾਨ 'ਤੇ ਆਇਆ। ਤੋ ਮੌਲਾ ਇਮਾਮ ਹਸਨ ਅਲੈਹਿ ਸਲਾਮ ਦੇ ਦਸਤਰਖਾਨ 'ਤੇ ਹੁੰਦੇ ਆਈ ਸੋਨੇ ਅਤੇ ਚਾਂਦੀ ਦੇ ਬਰਤਨ, ਖਾਸ ਕਰ ਜਿਹੜੇ ਚਮਚ ਹੁੰਦੇ ਹਨ ਨਾ ਬਾਈ ਜਾਨ, ਤਵੱਜੋ ਚਾਨਾ, ਉਹ ਚਮਚ ਹੁੰਦੇ ਹਨ ਸੋਨੇ ਅਤੇ ਚਾਂਦੀ ਦੇ। ਹੁਣ ਉਹ ਬੰਦਾ ਲੰਗਰ ਖਾਵਣ ਵਾਸਤੇ ਬਹਿ ਗਿਆ, ਇੱਕ ਲੁਕਮਾ ਮੂੰਹ ਵਿੱਚ ਰੱਖੇ ਅਤੇ ਵੇਖੇ ਬਰਤਨਾਂ ਵਾਲੇ ਪਾਸੇ, ਸ਼ਾਮਿਲ ਹੋਣਾ ਜੀ ਮੇਰੇ ਨਾਲ, ਮੈਂ ਤੇਰੇ 'ਤੇ ਬੋਝ ਨਹੀਂ ਬਣਨਾ ਚਾਹੁੰਦਾ, ਜੁਮਲਾ ਬੜਾ ਅਜ਼ੀਮ ਜਿਹੜਾ ਪਹੁੰਚਾਵਣਾ ਚਾਹੁੰਦਾ। ਫਿਰ ਸੁਣੋ ਜੀ ਬਾਈ ਜਾਨ, ਇੱਕ ਲੁਕਮਾ ਮੂੰਹ ਵਿੱਚ ਮੇਰੇ ਬਜ਼ੁਰਗੋ ਅਤੇ ਵੇਖੇ ਬਰਤਨਾਂ ਵਾਲੇ ਪਾਸੇ, ਫਿਰ ਨਵਾਲਾ ਮੂੰਹ ਵਿੱਚ ਅਤੇ ਵੇਖੇ ਬਰਤਨਾਂ ਵਾਲੇ ਪਾਸੇ। ਅਲਬੱਤਾ ਉਸਨੂੰ ਲਾਲਚ ਇਤਨਾ ਮਜਬੂਰ ਕੀਤਾ ਵੀ ਉਸ ਇੱਕ ਚਮਚ ਚਾ ਲਿਆ, ਲਾਲਚ ਨੇ ਇਤਨਾ ਕੁ ਮਜਬੂਰ ਕੀਤਾ ਉਸ ਇੱਕ ਚਮਚ ਚਾ ਲਿਆ। ਅਤੇ ਉਸ ਜਦੋਂ ਚਮਚ ਚਾਵਣ ਲੱਗਿਆ ਅਤੇ ਮੌਲਾ ਹਸਨ ਬਾਦਸ਼ਾਹ ਦੀ ਨਜ਼ਰ ਪੈ ਗਈ, ਮੌਲਾ ਟੁਰਦੇ ਟੁਰਦੇ ਉਹਦੀ ਕੰਢ ਮਗਰੋਂ ਆਏ ਅਤੇ ਮੌਲਾ ਉਹਦੇ ਮੋਢੇ 'ਤੇ ਹੱਥ ਰੱਖਿਆ ਅਤੇ ਉਹ ਸਰ 'ਚ ਆਇਆ ਅਤੇ ਪਤਾ ਲੱਗਿਆ ਵੀ ਮੌਲਾ ਮੈਨੂੰ ਵੇਖ ਲਿਆ ਹੈ। ਉਹਨੇ ਜੇ ਹੱਥ ਬੰਨ ਕੇ ਆਦਾ, ਬਾਦਸ਼ਾਹ ਨਾਰਾਜ਼ ਨਾ ਹੋਣਾ, ਆਖਰ ਮੈਂ ਇਨਸਾਨ ਹਾਂ, ਆਖਰ ਮੈਂ ਨਫਸ ਰੱਖਦਾ, ਦਰਅਸਲ ਬਰਤਨ ਹੀ ਐਡੇ ਸੋਹਣੇ ਹਨ ਮੌਲਾ, ਇਹ ਬਰਤਨ ਜਿਨ੍ਹਾਂ 'ਚ ਤੁਸੀਂ ਸਾਨੂੰ ਖਾਣਾ ਪੇਸ਼ ਕੀਤਾ ਹੈ ਮੌਲਾ, ਇਹ ਬਰਤਨ ਹੀ ਐਡੇ ਸੋਹਣੇ ਹਨ, ਮੇਰੇ ਦਿਲ 'ਚ ਲਾਲਚ ਆ ਗਿਆ। ਤਾਂ ਮੌਲਾ ਉਹਦੇ ਮੋਢੇ 'ਤੇ ਹੱਥ ਰੱਖਿਆ, ਕਿਉਂ ਘਬਰਾ ਨਹੀਂ, ਮੈਂ ਤੈਨੂੰ ਸ਼ਰਮਿੰਦਾ ਕਰਨ ਵਾਸਤੇ ਤਾਂ ਮੁਖਾਤਬ ਨਹੀਂ ਕੀਤਾ, ਉਹ ਮੈਂ ਤੈਨੂੰ ਪਰੇਸ਼ਾਨ ਕਰਨ ਵਾਸਤੇ ਤਾਂ ਮੁਖਾਤਬ ਨਹੀਂ ਕੀਤਾ, ਹੱਥ ਬੰਨ ਕੇ ਆਉਂਦਾ ਬਾਦਸ਼ਾਹ ਆਖ ਨਾ ਕੇ ਚਾਹੁੰਦੇ ਹੋ, ਫਜ਼ਾਇਲ ਵਾਲਾ ਹਿੱਸਾ ਇਸ ਜੁਮਲੇ 'ਤੇ ਪੂਰਾ ਹੋ ਜਾ ਸੀ ਜੇ ਮੈਂ ਸਮਝਾ ਲਿਆ। ਮੌਲਾ ਫਰਮਾਇਆ, ਮੈਂ ਤੈਨੂੰ ਸ਼ਰਮਿੰਦਾ ਕਰਨ ਵਾਸਤੇ ਮੁਖਾਤਬ ਨਹੀਂ ਕੀਤਾ, ਮੈਂ ਤਾਂ ਤੇਰੇ ਮੋਢੇ 'ਤੇ ਹੱਥ ਰੱਖ ਕੇ ਤੈਨੂੰ ਇਹੋ ਕੁਝ ਆਖਣਾ, ਮੁਤਮਿਨ ਹੋ ਕੇ ਖਾ, ਅਸੀਂ ਜੂਠੇ ਬਰਤਨ ਘਰ ਨਹੀਂ ਰੱਖਦੇ। ਅੱਲਾ ਇਹਨਾਂ ਹੱਥਾਂ ਦੀ ਖੈਰ ਫਰਮਾਵੇ, ਤੁਸੀਂ ਹੱਕ ਅਦਾ ਕਰ ਛੋੜਾ। ਮਿਹਰਬਾਨੀ ਜਨਾਬ, ਮਿਹਰਬਾਨੀ ਜਨਾਬ, ਮੌਲਾ ਹੁਸੈਨ ਇੱਜ਼ਤਾਂ ਦੇ, ਮੌਲਾ ਹੁਸੈਨ ਵਸਦਾ ਰੱਖੇ ਜਨਾਬ, ਮਿਹਰਬਾਨੀ ਜੀ, ਬੜਾ ਸੋਹਣਾ ਹਿੱਸਾ ਮਿਲ ਗਿਆ। ਮੁਤਮਿਨ ਹੋ ਕੇ ਖਾ, ਅਸੀਂ ਜੂਠੇ ਬਰਤਨ ਘਰ ਨਹੀਂ ਰੱਖਦੇ। ਅਸਲ ਬਾਤ ਤਾਂ ਕਿਬਲਾ ਸਾਹਿਬ, ਖੁਦਾ ਦੀ ਕਸਮ ਹੈ, ਮੈਂ ਬੜੇ ਸ਼ੌਕ ਨਾਲ ਸੁਣੀ ਹੈ, ਜਿਤਨੀ ਵੀ ਕਿਬਲਾ ਸਾਹਿਬ ਦੀ ਗੁਫ਼ਤਗੂ ਹੋਈ ਮੈਂ ਬੜੇ ਸ਼ੌਕ ਨਾਲ ਸੁਣੀ, ਔਰ ਬਹੁਤ ਕਮਾਲ ਪੜ ਗਏ। ਐਸੇ ਲੋਕਾਂ ਦੀ ਜ਼ਰੂਰਤ ਵੀ ਹੈ ਮਿੰਬਰ 'ਤੇ। ਦਰਅਸਲ ਵਜ੍ਹਾ ਹੀ ਇਹ ਬਣੀ ਹੈ ਕਿ ਜਿਹੜਾ ਇਹਨਾਂ ਦੇ ਦਰ 'ਤੇ ਆਇਆ ਹੈ ਅਤੇ ਉਸ ਪਹਿਚਾਣ ਲਿਆ ਨਾ ਇਹਨਾਂ ਨੂੰ, ਫਿਰ ਦੁਨੀਆਦਾਰੀ ਵਾਲੀ ਗਰਜ਼ ਉਸ 'ਚੋਂ ਖਤਮ ਹੋ ਗਈ ਹੈ, ਇਹ ਸੋਨੇ ਚਾਂਦੀ ਵਾਲੀ ਹਸਰਤ ਉਸ ਦੀ ਖਤਮ ਹੋ ਗਈ ਹੈ। ਔਰ ਇੱਕ ਮਾਰੂਫ ਬਾਤ ਹੈ ਕਿ ਜਨਾਬ ਅਬੂ ਜ਼ਰ ਨੂੰ ਕਰਜ਼ਾ ਵੇੜ ਗਿਆ, ਕਰਜ਼ਾ ਜਨਾਬ ਅਬੂ ਜ਼ਰ 'ਤੇ ਚੜ ਗਿਆ, ਤਾਂ ਜਨਾਬ ਅਬੂ ਜ਼ਰ ਮੌਲਾ ਅਲੀ ਦੇ ਕੋਲ ਆ ਗਏ, ਤਾਂ ਮੌਲਾ ਅਲੀ ਦੇ ਕੋਲ ਆ ਕੇ ਅਬੂ ਜ਼ਰ ਆਖਿਆ ਕਿ ਬਾਦਸ਼ਾਹ ਮੈਂ ਮਕਰੂਜ਼ ਹੋ ਗਿਆ। ਤਾਂ ਮੌਲਾ ਅਲੀ ਫਰਮਾਇਆ ਕਿ ਅਬੂ ਜ਼ਰ ਜਿਹੜਾ ਸਾਹਮਣੇ ਉਹਦ ਪਹਾੜ ਹੈ, ਅਗਰ ਤੈਨੂੰ ਸੋਨੇ ਦਾ ਬਣਾ ਦੇਵਾਂ ਤਾਂ ਤੇਰੇ ਦਿਲ ਜਿਹੜੀ ਮੇਰੀ ਵਿਲਾਇਤ ਹੈ ਮੈਨੂੰ ਦੇਣਾ ਹੈ। ਸਲਵਾਤ ਪੜ੍ਹ ਦੇਣਾ, ਚਲੋ ਕਿਬਲਾ ਸਾਹਿਬ ਆ ਜਾਵਣ ਤਾਂ ਮੈਂ ਅਗਲਾ ਜੁਮਲਾ ਆਖਾਂ। ਸਲਿਆ ਬਿਸਮਿਲਾ ਸੈਯਦ, ਇਜਾਜ਼ਤ ਹੈ ਸਰਕਾਰ? ਬਹੁਤ ਹੀ ਇੱਜ਼ਤ ਮਾਂ ਭਾਈ ਤਸ਼ਰੀਫ ਲੈ ਆਏ, ਤਾਂ ਚਲੋ ਇਹਨਾਂ ਨੂੰ ਜ਼ਹਿਮਤ ਨਾ ਦੇਵਾਂ, ਇਸੇ ਜੁਮਲੇ 'ਤੇ ਮੈਂ ਫਜ਼ਾਇਲ ਦਾ ਇਖਤਤਾਮ ਤਾਂ ਕਰਦਾ। ਮਗਰ ਬਾਤ ਬੜੀ ਖੂਬਸੂਰਤ ਔਰ ਇਸੇ 'ਚ ਪੈਗਾਮ ਬੜਾ ਸੋਹਣਾ ਜੇ ਮੈਂ ਪਹੁੰਚਾ ਲਿਆ। ਅਬੂ ਜ਼ਰ ਆਖਿਆ ਬਾਦਸ਼ਾਹ ਮੈਂ ਮਕਰੂਜ਼ ਹੋ ਗਿਆ, ਤਾਂ ਮੌਲਾ ਫਰਮਾਇਆ ਕਿ ਅਬੂ ਜ਼ਰ ਜਿਹੜਾ ਸਾਹਮਣੇ ਉਹ ਪਹਾੜ ਹੈ, ਤੈਨੂੰ ਸੋਨੇ ਦਾ ਬਣਾ ਦੇਵਾਂ, ਅਤੇ ਜਿਹੜੀ ਤੇਰੇ ਦਿਲ 'ਚ ਮੇਰੀ ਮੁਹੱਬਤ ਹੈ, ਜਿਹੜੀ ਵਿਲਾ ਹੈ, ਜਿਹੜੀ ਹੁਬ ਰੱਖਦਾ ਹੈ, ਇਹ ਮੈਨੂੰ ਦੇਣਾ ਹੈ।
ਕਦਮਾਂ 'ਤੇ ਹੱਥ ਲਾ ਕੇ ਆਖਦਾ, ਬਾਦਸ਼ਾਹ ਕਾਇਨਾਤ ਸੋਨੇ ਦੀ ਬਣਾ ਦੇਵੋ, ਮੈਂ ਤੁਹਾਨੂੰ ਇਹ ਮੁਹੱਬਤ, ਇਹ ਵਿਲਾਇਤ ਨਾ ਦੇਸਾਂ। ਮੌਲਾ ਫਰਮਾਇਆ ਅਜੇ ਵੀ ਗਰੀਬ ਹੈ, ਜਿਹਨੂੰ ਸਮਝ ਆਵੇ ਉਹ ਬੋਲੇ ਮੇਰੇ ਨਾਲ। ਮੌਲਾ ਫਰਮਾਇਆ ਅਜੇ ਵੀ ਗਰੀਬ ਹੈ, ਕਦਮਾਂ 'ਤੇ ਹੱਥ ਲਾ ਕੇ ਆਖਦਾ, ਬਾਦਸ਼ਾਹ ਬਸ ਦੁਨੀਆਦਾਰ ਹੀ ਹੈ, ਮੈਂ ਕਿਸੇ ਦਾ ਮਕਰੂਜ਼ ਹੋ ਗਿਆ। ਲੋਕ ਬੰਦੇ ਰੋਜ਼ਾਨਾ ਬੰਦੇ ਆ ਕੇ ਦਰਵਾਜ਼ੇ 'ਤੇ ਤਾਨਾ ਮਾਰ ਦੇਣ। ਬਾਦਸ਼ਾਹ ਫਰਮਾਇਆ ਜੇ ਇਹ ਗੱਲ ਹੈ ਤਾਂ ਫਿਰ ਅਸੀਂ ਕਿਸੇ ਮਕਾਮ 'ਤੇ ਆਪਣੇ ਮੰਨਣ ਵਾਲੇ ਦੀ ਕੰਢ ਨਹੀਂ ਲੱਗਣ ਦਿੰਦੇ। ਜੇ ਤੈਨੂੰ ਲੋਕ ਤਾਨੇ ਮਾਰ ਦੇਣ ਤਾਂ ਮੌਲਾ ਫਰਮਾਇਆ ਮਦੀਨੇ ਦੇ ਸਹਿਰਾ 'ਚ ਲੱਗਾ ਜਾ, ਉੱਥੇ ਜਿਹੜਾ ਪੱਥਰ ਨਜ਼ਰ ਆਵੇ ਉਸ ਨੂੰ ਚਾਵੇਂ, ਜਿਹੜੇ ਥੱਲੇ ਸੰਗਰੇਜ਼ੀ ਹੋਵਣ ਉਹਨਾਂ ਨੂੰ ਹੱਥ 'ਤੇ ਰੱਖ ਆਖੇ ਯਾ ਇਲੀ ਮਦਦ। ਇਹ ਟੁਰਿਆ ਮਦੀਨੇ ਦੇ ਸਹਿਰਾ 'ਚ ਆਇਆ, ਇਸ ਨੂੰ ਇੱਕ ਪੱਥਰ ਨਜ਼ਰ ਆਇਆ, ਉਸ ਨੂੰ ਚਾਹਿਆ, ਜਿਹੜੇ ਥੱਲੇ ਸੰਗਰੇਜ਼ੀ ਹਨ ਉਹਨਾਂ ਨੂੰ ਹੱਥ 'ਤੇ ਰੱਖ ਆਖਿਆ ਯਾ ਇਲੀ ਮਦਦ। ਮਿੰਬਰ ਦੀ ਕਸਮ ਮੇ ਹਨ ਸੰਗਰੇਜ਼ੇ ਬਣ ਸੋਨਾ ਗਿਆ। ਸੁਬਹਾਨ ਅੱਲਾ, ਪੱਥਰਾਂ ਨੂੰ ਵੀ ਪਤਾ ਹੈ ਜੋ ਅਲੀ ਦਾ ਨਾਮ ਆਵੇ ਤਾਂ ਕਿਆ ਕਰਨਾ ਚਾਹੀਦਾ। ਹਨ ਸੰਗਰੇਜ਼ੇ ਬਣ ਸੋਨਾ ਗਿਆ, ਉਹ ਸੋਨਾ ਚਾਇਆ ਅਬੂ ਜ਼ਰ ਨੇ ਬਾਜ਼ਾਰ ਗਿਆ। ਇਸ ਜੁਮਲੇ 'ਚ ਫਿਕਰ ਹੈ ਹਾਲਾਤ ਹਾਜ਼ਰਾ ਦੇ ਹਵਾਲੇ ਨਾਲ ਜਿਵੇਂ ਪਹੁੰਚਾ ਲਿਆ। ਬਾਜ਼ਾਰ ਗਿਆ, ਜਿਹੜਾ ਕਰਜ਼ਾ ਹੀ ਉਸ ਲਹਾਇਆ ਅਤੇ ਬਾਕੀ ਉਸੇ ਪੱਥਰ ਦੇ ਥੱਲੇ ਰੱਖ ਆਇਆ। ਉਸ ਬੰਦੇ ਲੁਤਫ ਲੈ ਲਿਆ ਜਿਸ ਨੂੰ ਬਾਤ ਦੀ ਸਮਝ ਆ ਗਈ। ਜੇ 2024 ਦਾ ਕੋਈ ਬੰਦਾ ਹੁੰਦਾ ਤਾਂ ਫਿਰ ਮੁੱਲ ਪੈ ਜਾਂਦਾ ਇਸ ਗੱਲ ਦਾ। ਉਸੇ ਪੱਥਰ ਦੇ ਥੱਲੇ ਬਾਬਾ ਜੀ ਰੱਖ ਆਇਆ ਅਤੇ ਦਿਲ 'ਚ ਠਾਠਾ ਮਾਰਦਾ ਆ ਫਜ਼ਾਇਲੇ ਅਲੀ ਦਾ ਸਮੁੰਦਰ। ਸੋਚੇ ਵੀ ਹੁਣ ਕੋਈ ਮਿਲੇ ਨਾ ਅਤੇ ਉਸ ਨੂੰ ਮੈਂ ਦੱਸਾਂ ਤਾਂ ਸਹੀ ਵੀ ਮੇਰੇ ਬਾਦਸ਼ਾਹ ਮੇਰੇ 'ਤੇ ਕਰਮ ਕਿਤਨਾ ਕਮਾਏ। ਤਾਂ ਉਸ ਨੂੰ ਉਸ ਦੌਰ ਦਾ ਇੱਕ ਬਿਜ਼ਨਸਮੈਨ ਬੰਦਾ ਨਜ਼ਰ ਆਇਆ। ਹੁਣ ਬਿਜ਼ਨਸਮੈਨ ਦਾ ਮੈਂ ਨਾਮ ਨਹੀਂ ਚਾਹੁੰਦਾ, ਮਗਰ ਚਲੋ ਉਸਦੇ ਤਾਰਫ ਵਾਸਤੇ ਇੱਕ ਜੁਮਲਾ ਆਖ ਦੇਣਾ। ਇਹ ਉਹ ਬੰਦਾ ਜਿਸ 300 ਦੀ ਡਾਚੀ ਲੈ ਕੇ 900 ਦੀ ਨਬੀ ਨੂੰ ਦੇ ਛੋੜੀ ਆ। ਅੱਲਾ ਤੁਹਾਨੂੰ ਵਸਦਾ ਰਹੇ, ਬੜੇ ਹੀ ਸਿਆਣੇ ਹੋ ਯਾਰ। ਜਿਸ 300 ਦੀ ਡਾਚੀ ਲਈ ਅਤੇ 900 ਦੀ ਨਬੀ ਨੂੰ ਦੇ, ਇਸਦੇ ਬਖਤਾਂ ਦਾ ਅੰਦਾਜ਼ਾ ਕਰਨਾ। ਉਹ ਬੰਦਾ ਨਜ਼ਰ ਆਇਆ। ਬਸ ਜੀ ਆਖਰੀ ਜੁਮਲਾ ਫਜ਼ਾਇਲ ਦਾ, ਨਾਜ਼ਮੇ ਮਿੰਬਰ ਦਾ ਆਉਣਾ ਜ਼ਾਕਰ ਦਾ ਜਾਣਾ ਹੁੰਦਾ, ਮੈਂ ਬਾਅਦ ਪਹੁੰਚਾ ਲਵਾਂ, ਸ਼ਾਮਿਲ ਹੋਣਾ ਜੀ ਮੇਰੇ ਨਾਲ। ਮੇਰਾ ਆਪਣਾ ਘਰ ਹੈ, ਕੋਈ ਇੱਥੇ ਪਾਬੰਦੀ ਨਹੀਂ ਹੈ, ਮਗਰ ਮੈਨੂੰ ਆਪ ਨੂੰ ਫਿਕਰ ਹੈ ਕਿ ਮੇਰੇ ਬਾਅਦ ਵੀ ਫਰਿਆਦ ਅਬਾਸ ਹੀ ਪੜ੍ਹਨਾ, ਮੇਰੇ ਭਾਈ ਮੌਜੂਦ ਨੇ, ਸ਼ਾਮਿਲ ਹੋਣਾ ਜੀ ਮੇਰੇ ਨਾਲ। ਦਿਲ 'ਚ ਠਾਠਾ ਮਾਰਦਾ ਹੋਇਆ ਫਜ਼ਾਇਲ ਅਲੀ ਦਾ ਸਮੁੰਦਰ, ਤਾਂ ਉਸ ਨੂੰ ਬਿਜ਼ਨਸਮੈਨ ਬੰਦਾ ਨਜ਼ਰ ਆਇਆ। ਉਸ ਅਬੂ ਜ਼ਰ ਨੂੰ ਖੁਸ਼ ਵੇਖਿਆ, ਉਸ ਆਖਿਆ ਅਬੂ ਜ਼ਰ ਬੜਾ ਖੁਸ਼ ਹੈ। ਅਬੂ ਜ਼ਰ ਆਖਿਆ ਗੱਲ ਹੀ ਖੁਸ਼ੀ ਆ ਲਈਏ। ਉਸ ਆਖਿਆ ਹੋਇਆ ਕਿ, ਉਸ ਆਖਿਆ ਮੈਂ ਮਕਰੂਜ਼ਾਂ, ਮੈਂ ਬਾਦਸ਼ਾਹ ਦੇ ਕੋਲ ਗਿਆ। ਮੈਂ ਆਖਿਆ ਮੌਲਾ ਮੈਂ ਮਕਰੂਜ਼ਾਂ। ਮੌਲਾ ਫਰਮਾਇਆ ਘਬਰਾ ਨਹੀਂ, ਮਦੀਨੇ ਦੇ ਸਹਿਰਾ 'ਚ ਲੱਗਾ ਜਾ, ਜਿਹੜਾ ਪੱਥਰ ਨਜ਼ਰ ਆਵੇ ਉਸ ਨੂੰ ਚਾਵੇਂ, ਜਿਹੜੇ ਥੱਲੇ ਸੰਗਰੇਜ਼ੀ ਹੋਵਣ ਉਹਨਾਂ ਨੂੰ ਹੱਥ 'ਤੇ ਰੱਖ ਆਖੇ ਯਾ ਇਲੀ ਮਦਦ। ਮੈਂ ਯਾ ਇਲੀ ਮਦਦ ਆਖਿਆ, ਉਹ ਪੱਥਰ ਸੋਨਾ ਬਣ ਗਏ, ਸੋਨੇ ਦਾ ਨਾਮ ਆਇਆ। ਉਹ ਬੰਦਾ ਅਬੂ ਜ਼ਰ ਦੇ ਨੇੜੇ ਆਇਆ, ਉਸ ਆਖਿਆ ਅਬੂ ਜ਼ਰ ਸੋਨੇ ਦਾ ਕਿਆ ਕੀਤਾ ਜੀ? ਅਬੂ ਜ਼ਰ ਆਖਿਆ ਕਰਨਾ ਕਿਆ, ਮੈਂ ਬਾਜ਼ਾਰ ਗਿਆ, ਫਰੋਖਤ ਕੀਤਾ ਜਿਹੜਾ ਕਰਜ਼ਾ ਹੀ ਲਹਾਏ, ਬਾਕੀ ਉਸੇ ਪੱਥਰ ਦੇ ਥੱਲੇ ਰੱਖ ਆਇਆ। ਜਦਾਂ ਆਖਿਆ ਨਾ ਪੱਥਰ ਦੇ ਥੱਲੇ ਰੱਖ ਆਇਆ, ਹੁਣ ਉਹ ਬੰਦਾ ਪਿਆ ਦਿਆ ਅਬੂ ਜ਼ਰ ਇਸੇ ਵਜ੍ਹਾ ਤੋਂ ਮੈਂ ਤੈਨੂੰ ਆਦਮ ਵੀ ਕਦੇ ਤੂੰ ਸਾਡੇ ਰੱਲੇ ਵੀ ਬੈਠਾ ਕਰ, ਕਦੇ ਸਾਡੀ ਮਹਿਫਲ 'ਚ ਵੀ ਬੈਠਾ ਕਰ। ਅਬੂ ਜ਼ਰ ਆਖਿਓ ਮੈਂ ਤੇਰੇ ਕੋਲ ਕਿਉਂ ਬਾਹਵਾਂ? ਉਸ ਆਖਿਆ ਅਬੂ ਜ਼ਰ ਤੂੰ ਸੋਨਾ ਤਿਜੋਰੀ 'ਚ ਰੱਖਿਆ, ਬੰਦਾ ਬਾਤ ਮਕਰੂਜ਼ ਨਹੀਂ ਹੋ ਸਕਦਾ। ਖਾਵੇ ਅਲੀ ਦਾ ਬੰਦਾ ਤੇ ਜ਼ੁਬਾਨ ਤਾਈਦ ਨਾ ਕਰੇ, ਫਰਿਆਦ ਅਬਾਸ ਦਾ ਜ਼ਿਹਨ ਨਹੀਂ ਮੰਨਦਾ। ਜਦੋਂ ਉਸ ਆਖਿਆ ਅਬੂ ਜ਼ਰ ਤੂੰ ਸੋਨਾ ਤਿਜੋਰੀ 'ਚ ਰੱਖਿਆ, ਬੰਦਾ ਬਾਤ ਮਕਰੂਜ਼ ਨਹੀਂ ਹੋ ਸਕਦਾ। ਅਬੂ ਜ਼ਰ ਆਖਦਾ ਅਕਲ ਦਾ ਇਲਾਜ ਕਰਵਾ, ਬੰਦਾ ਬਾਤ ਮਕਰੂਜ਼ ਤੇ ਹੋ ਸਕਦਾ ਹੈ, ਪਰ ਮੈਂ ਕਿਹੜਾ ਪਹਾੜ ਸਰ ਤੇ ਚਾਵਣਾ ਹੈ? ਆਖਣਾ ਤਾਂ ਇਹੋ ਹੈ ਨਾ, ਯਾ ਅਲੀ ਮਦਾ। ਸੁਭਾਨ ਅੱਲਾ, ਅੱਲਾ ਇਨ੍ਹਾਂ ਇੱਥਾਂ ਦੀ ਖੈਰ ਫਰ। ਮੌਲਾ ਹੁਸੈਨ ਇੱਥਾਂ ਦੇ, ਮੌਲਾ ਹੁਸੈਨ ਤੁਹਾਨੂੰ ਕਿਸੇ ਦਾ ਮੁਹਤਾਜ ਨਹੀਂ। ਜਿਹੜਾ ਅਲੀ ਏਡਾ ਕਰੀਮ ਆਈ, ਹੁੰਦੀਆਂ ਧੀਆਂ ਜੰਗਲਾਂ 'ਚ ਰੁੱਲ ਰੁੱਲ ਕੇ ਮਰ ਗਏ। ਉਹ ਮੈਂ ਸਦਕੇ ਹੋ ਜਾਵਾਂ, ਮੇਰਾ ਮੌਲਾ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ। ਰਾਤ ਦੇ ਇਸ ਵੇਲੇ ਤੁਸੀਂ ਇੰਝ ਸੁਣਿਆ ਜਿੱਥੇ ਤੱਕ ਵੈਸਾਂ ਤੁਹਾਡੇ ਹੱਕ 'ਚ ਦੁਆ ਕਰਦਾ ਵੈਸਾਂ,
ਦੁਆ ਮੰਗੀ ਕਰੋ ਸ਼ਾਲ ਕਿਸੇ ਦੀਆਂ ਧੀਆਂ ਅਤੇ ਉਹ ਖਵੇਲਾ ਨਾ ਆਵੇ। ਕਿਸੇ ਹਾਏ ਕੀਤੀ ਏ, ਕੋਈ ਚੁੱਪ ਕਰ ਗਏ ਨ। ਆਖਰੀ ਮਜ਼ਮੂਨ ਆਖਰ ਵਾਲੇ ਜ਼ਾਕਰ ਦਾ ਹੱਕ ਆਉਂਦਾ। ਚਲੋ ਮੈਂ ਇੱਕ ਲਫ਼ਜ਼ ਆਦਾ ਵੀ ਮਤ ਤੇਰੀ ਹਾਏ ਬੁਲੰਦ ਆਉਂਦੀ ਹੋਵੇ। ਇੱਕ ਹੋਰ ਦੁਆ ਮੰਗਦਾ, ਮੇਰੇ ਅੱਲਾ ਸ਼ਾਲ ਕਿਸੇ ਦੀ ਧੀ ਈਦ ਦੇ ਨੇੜੇ ਯਤੀਮ ਨਾ ਹੋਵੇ। ਬੜਾ ਵੱਡਾ ਹੀ ਉਹ ਬੰਦਾ ਜਿਹੜਾ ਹਾਏ ਵੀ ਨਹੀਂ ਕਰਦਾ, ਭੱਲਾ ਹੋਵੇ ਜ਼ਹਰਾ ਜਾਈਆਂ ਤੁਹਾਡੇ 'ਤੇ ਰਾਜ਼ੀ ਹੋਵਣ ਕਿਸਮਤ ਅਲੀ ਦੀਆਂ ਧੀਆਂ ਦੀ। ਅੱਛਾ ਬਾਬਾ ਬਾਕਰ ਸ਼ਾਹ ਜੀ, ਅੱਧੀ ਰਾਤ ਦਾ ਵੇਲਾ, ਸੱਯਦ ਆ, ਮੌਲਾ ਦਾ ਜ਼ਵਾਰ ਆ, ਮੇਰੀ ਮਰਜ਼ੀ ਕਿ ਮੈਂ ਤੁਹਾਨੂੰ ਇੱਕ ਦੁਆ ਦੇ ਕੇ ਜਾਵਾਂ। ਇਹ ਮੈਂ ਸੱਯਦ ਦੀ ਝੋਲੀ ਆਈ, ਝੋਲੀ 'ਚ ਆ ਕੇ ਪਾਕ ਸ਼ਬੀਰ ਦੇ ਮਿੰਬਰ 'ਤੇ ਤਿੰਨ ਦੁਆ ਪਿਆ ਦੇਣਾ ਕਿ ਅੱਲਾ ਤੈਨੂੰ ਮਰਨ ਤੋਂ ਪਹਿਲੇ ਇੱਕ ਵਾਰੀ ਨਜਫ ਅਸ਼ਰਫ ਲੈ ਜਾਵੇ, ਔਰ ਕੂਫਾ ਵੀ ਜਾਵੇਂ, ਤੂੰ ਅਲੀ ਦੀਆਂ ਧੀਆਂ ਦੇ ਹੁਜਰੇ ਵੀ ਵੇਖੇ ਜਿੱਥੇ ਅਲੀ ਦੀਆਂ ਧੀਆਂ ਰਾਂਦੀਆਂ ਹਨ, ਮਗਰ ਜਦੋਂ ਤੂੰ ਨਜਫ ਅਸ਼ਰਫ ਜਾਵੇਂ ਨਾ, ਜਦੋਂ ਮੈਂ ਗਿਆ ਤਾਂ ਮੈਂ ਨਜਫ ਅਸ਼ਰਫ ਬਾਦਸ਼ਾਹ ਸਲਾਮ ਵਾਸਤੇ, ਤਾਂ ਮੈਂ ਮੌਲਾ ਦੇ ਹਰਮ ਦੇ ਦਰਵਾਜ਼ੇ 'ਤੇ ਇੱਕ ਸਲਾਮ ਪੜਿਆ, ਤਾਂ ਸਲਾਮ ਮੈਨੂੰ ਬੜਾ ਰੁਆਇਆ। ਇੱਥੇ ਵੀ ਚਲੋ ਪੜਾ ਮਤਾ ਕਿਸੇ ਦੀ ਹੰਝ ਲੁੱਟਦੀ ਹੋਵੇ, ਦੁਆ ਤੁਹਾਨੂੰ ਪਹਿਲੇ ਇਸ ਵਜ੍ਹਾ ਤੋਂ ਦਿੱਤੀ ਕਿ ਤੁਸੀਂ ਜਾਓ ਅਤੇ ਅੱਖਾਂ ਨਾਲ ਵੇਖੋ, ਜਦੋਂ ਤੁਸੀਂ ਸਲਾਮ ਪੜ ਸੋ ਫਿਰ ਤੁਸੀਂ ਵੀ ਬੜਾ ਗਿਰੀਆ ਕਰ ਸੋ। ਉੱਤੇ ਇੱਕ ਸਲਾਮ ਲਿਖਿਆ ਹੋਇਆ, ਅਸਲਾਮ ਅਲੈਕਾ ਯਾ ਅਵਲ ਅਲ ਮਜ਼ਲੂਮ। ਅਜ਼ਾਦਾਰੋ ਇਹ ਮਜ਼ਲੂਮੀਅਤ ਅਲ ਸਲਾਮ ਮੈਂ ਪੜਿਆ, ਮੈਂ ਆਪਣੇ ਸਲਾਰ ਦੇ ਕੋਲ ਆਇਆ, ਆਲਮੇ ਦੀਨ ਹਨ, ਮੈਂ ਕਿਹਾ ਬਾਬਾ ਜੀ ਇਹ ਲਫ਼ਜ਼ ਤਾਂ ਲੱਗਦਾ ਹੀ ਕਰਬਲਾ ਜੋ ਹੁਸੈਨ ਦੇ ਰੋਜ਼ੇ 'ਤੇ ਲਿਖਿਆ ਹੋਵੇ ਆ ਕਿ ਹੁਸੈਨ ਅਵਲ ਮਜ਼ਲੂਮ ਏ, ਤੂੰ ਨਾ ਰੋ ਕਿਆ ਕਿਆ ਫਰਿਆਦ ਅਬਾਸ, ਅਲੀ ਤਾਂ ਮਜ਼ਲੂਮ ਏ, ਅਲੀ ਵਹਿਦਾਰੀ ਏ, ਜ਼ਹਰਾ ਮਰੀਂਦੀ ਰਹੀ ਹੈ। ਬੜਾ ਵੱਡਾ ਹੀ ਉਹ ਬੰਦਾ ਜਿਹੜਾ ਹਾਏ ਵੀ ਨਹੀਂ ਕਰ ਸਕਿਆ, ਤੇਰੀਆਂ ਧੀਆਂ ਦੇ ਪਰਦੇ ਹੋਣੀ, ਅਲੀ ਵਹਿਦਾਰੇ ਆਏ, ਦਰਵਾਜ਼ੇ ਨੂੰ ਅੱਗ ਲੱਗਦੀ ਰਹੀ ਹੈ। ਅਲੀ ਔਰ ਮੌਲਾ ਦੇ ਜੁਮਲੇ ਆਖਰੀ ਵਕਤ 'ਚ 21 ਰਮਜ਼ਾਨ ਦਾ ਜਿਹੜਾ ਡੀਂ ਪਿਆ ਚੜ੍ਹਦਾ, ਕੋਈ ਕਿਆਮਤ ਤੋਂ ਘੱਟ ਨਹੀਂ ਅਲੀ ਦੀਆਂ ਧੀਆਂ ਵਾਸਤੇ। ਅਜ਼ਾਦਾਰੋ ਜਿਹੜਾ ਡੀਂ ਪਿਆ ਚੜ੍ਹਦਾ ਨਾ 21 ਰਮਜ਼ਾਨ ਨੂੰ, ਜਨਾਬੇ ਆਲੀਆ ਦੀ ਝੋਲੀ 'ਚ ਅਮੀਰ ਅਲ ਮੋਮਿਨੀਨ ਦਾ ਸਰ ਆਈ, ਤਾਂ ਅਮੀਰ ਅਲ ਮੋਮਿਨੀਨ ਆਦੇ ਹਨ ਹਾਏ ਗਰੀਬੀ ਹਾਏ ਗੁਰਬਤ ਦੇ ਵੈਨ ਕਰਦੇ ਹਨ, ਅਤੇ ਹਸਨ ਦਾੜੀ ਚੁੰਮ ਕੇ ਆਖਿਆ, ਉਹ ਮੇਰਾ ਅਮੀਰ ਬਾਬਾ, ਬਾਬਾ ਗੁਰਬਤ ਦੇ ਵੈਨ ਕਿਉਂ ਕਰਦੇ? ਜ਼ਹਰ ਦੀ ਤਕਲੀਫ ਆਈ, ਕਿਉਂਕਿ ਜ਼ਹਰ ਅਲੂ ਤਲਵਾਰ ਆਈ, ਬਾਬਾ ਜ਼ਹਰ ਦੀ ਵਜ੍ਹਾ ਤੋਂ ਪਿਆਰੋਨਾ। ਇਮਾਮ ਅੱਗੇ, ਨਹੀਂ ਮੈਂ ਫਿਰ ਵੀ ਮਜ਼ਲੂਮ ਆ। ਅਜ਼ਾਦਾਰੋ ਇਮਾਮ ਹਸਨ ਫਰਮਾਇਆ, ਬਾਬਾ ਜ਼ਰਬ ਦੀ ਤਕਲੀਫ ਆਈ ਤਾਂ ਪਿਆਰੋਂਦਾ? ਸੱਯਦ ਆਦਾ, ਨਹੀਂ ਗੱਲ ਇੱਕੋ ਰੁਵੇਂਦੀ ਪਈ ਏ, ਮੈਂ ਏਡਾ ਮਜਬੂਰ ਹਾਂ, ਮੇਰੀ ਅੱਖੀਂ ਦੇ ਸਾਹਮਣੇ ਲੋਕ ਮੇਰੀ ਬਤੂਲ ਨੂੰ ਮਾਰਦੇ ਰਹੇ, ਮੈਂ ਛੁਡਾ ਨਹੀਂ ਸਕਿਆ। ਉਹ ਮੈਂ ਸਦਕਿਓ ਜਾਵਾਂ, ਤੁਸੀਂ ਤਾਂ ਰੋਮਨ ਕਾਨ ਸਿੱਖਦੇ ਪਏ ਹੋ ਯਾਰ, ਤੁਹਾਡੀਆਂ ਧੀਆਂ ਦੇ ਪਰਦੇ ਹੋ ਮਨ ਹੱਕ ਅਦਾ ਹੋ ਗਿਆ ਅੱਧ ਰਾਤ ਵੇਲੇ, ਬਿਲਕੁਲ ਵਹਿਣ ਦੇ ਕਰੀਬ ਆਇਆ ਖਲੋਤਾ, ਇਸ ਤੋਂ ਵੱਡੇ ਮਸਾਇਬ ਨਹੀਂ ਆਉਂਦੇ। ਔਰ ਰੋਮ ਚਲੋ ਇਸੇ ਇਮਾਮ ਦੀ ਗੁਰਬਤ ਇੱਕ ਵਹਿਣ ਕਰਦਾ, ਸ਼ਹਾਦਤ ਨਹੀਂ ਪੜਦਾ। ਅਜ਼ਾਦਾਰ ਜਿਹੜੀ ਰਾਤ ਗੁਜ਼ਰੀ ਹੈ ਨਾ, 19 ਰਮਜ਼ਾਨ ਦੀ ਰਾਤ, ਇਮਾਮ ਨੇ ਉਸਨੂੰ 3 ਹਿੱਸਿਆਂ ਤਕਸੀਮ ਕੀਤਾ, ਇਬਾਦਤ ਖੁਦਾ, ਸਹਾਬਾ ਦੇ ਰੱਲੇ, ਔਰ ਔਲਾਦ ਦੇ ਰੱਲੇ, ਜਿਹੜੀ ਔਲਾਦ ਦੇ ਰੱਲੇ ਤਕਸੀਮ। ਚਲੋ ਮੈਂ ਮੁਲਾਕਾਤ ਵੀ ਨਹੀਂ ਪੜਦਾ, ਇਮਾਮ ਹਸਨ ਦੇ ਕੋਲ ਆਏ, ਇਮਾਮ ਹੁਸੈਨ ਦੇ ਕੋਲ ਆਏ, ਅੱਬਾਸ ਦੇ ਕੋਲ ਆਏ, ਕਲਸੂਮ ਦੇ ਕੋਲ ਆਏ, ਰੁਕਈਆ ਦੇ ਕੋਲ ਆਏ, ਜਿਸ ਜਿਸ ਦੇ ਵੀ ਕੋਲ ਆਏ ਨਾ, ਉਹ ਉਸਨੂੰ ਨਾਰ ਰਲਾਏ, ਪੁੱਤਰਾਂ ਅਤੇ ਧੀਆਂ ਦੀ ਕਤਾਰ ਬਣਾ ਕੇ ਅਲੀ ਸਭ ਤੋਂ ਆਖਰ 'ਤੇ ਉਸ ਧੀ ਦੇ ਹੁਜਰੇ 'ਚ ਆਇਆ, ਜਿਹਨੂੰ ਸਾਰੀ ਹਯਾਤੀ ਟੁਰਨ ਦਾ ਵੱਲ ਨਹੀਂ ਆਇਆ। ਧੀਆਂ ਵਾਲੇ ਬੰਦੇ ਦੀ ਹਾਏ ਇਸ ਜੁਮਲੇ 'ਤੇ ਨਿਕਲਣੀ ਚਾਹੀਦੀ ਆ, ਸਮਝ ਗਏ ਹੋ ਕੌਣ ਆ ਯਾਰ ਜੀ? ਬਿਸਮਿਲ੍ਲਾ, ਬਜ਼ੁਰਗੀ ਦਾ ਮਾਤਮ ਕਬੂਲ ਹੋਣੇ, ਸੈਨ ਆਲੀਆ ਸਲਾਮੁੱਲਾ ਅਲੈਹਾ ਆਲੀਆ ਦੇ ਹੁਜਰੇ 'ਤੇ ਦਰ 'ਤੇ ਆਏ। ਅੱਧੀ ਰਾਤ ਦਾ ਵੇਲਾ, ਕਿਹੜਾ ਮੰਜ਼ਰ ਆ, ਕੁਰਾਨ ਖੁੱਲ੍ਹਿਆ ਹੋਇਆ, ਕੁਰਾਨ ਅਤੇ ਕੁਰਾਨ ਬਚਾਵਣ ਵਾਲੀ ਦਾ ਮੱਥਾ ਹੈ, ਅੱਖਾਂ ਮੇਰੀ ਸੈਨ ਦੀਆਂ ਬੰਦ ਹਨ। ਹਸਨ ਆਖਿਆ, ਬਾਬਾ ਮੈਂ ਜਗਾਵਾਂ? ਅਲੀ ਤੜਪ ਕਿਆ ਦੇਣ, ਧੀ ਮੇਰੀ ਏ,
ਜਗੇ ਸਹੀ ਮੈਂ ਆਪ ਸੁੱਤੀ ਹੋਈ ਧੀ ਦਾ ਸਰ ਚਾ ਕਲੀ ਜਾਨੂੰ ਤੇ ਰੱਖਿਆ ਤੇ ਸਰ ਤੇ ਹੱਥ ਰੱਖ ਕੇ ਦਿਨ ਅੱਖਾਂ ਖੋਲ ਮੇਰਾ ਬੇਟਾ। ਮੇਰੀ ਸਹਿਣ ਦੀਆਂ ਅੱਖਾਂ ਨਹੀਂ ਖੁੱਲੀਆਂ। ਅਲੀ ਫਿਰ ਆਖਿਆ ਮੇਰਾ ਬੇਟਾ ਅੱਖਾਂ ਖੋਲਿਆ, ਮੇਰੀ ਸਹਿਣ ਦੀਆਂ ਅੱਖਾਂ ਨਹੀਂ ਖੁੱਲੀਆਂ। ਹੁਣ ਅਲੀ ਝੁਕਦੇ ਝੁਕਦੇ ਧੀ ਦੇ ਸਰ ਤੇ ਝੁੱਕ ਗਏ ਤੇ ਧੀ ਨਾਲ ਇੱਕ ਗੱਲ ਕੀਤੀ ਏ, ਗੱਲ ਨਾ ਸਮਝੋ ਤੇ ਅਲੀ ਇੱਕ ਵੈਣ ਕੀਤਾ, ਸੈਯਦਾ ਦੇ ਅੱਖਾਂ ਖੋਲ ਲਹਜ਼ੇ ਦਾ ਮਹਿਮਾਨ ਮਿਲਣ ਆਇਆ। ਮੈਂ ਸਦਕੇ ਹੋ ਜਾਵਾਂ, ਧੀਆਂ ਵਾਲੇ ਬੰਦੇ ਦੀ ਹਾਏ ਨਿਕਲਣੀ ਚਾਹੀਦੀ ਆ, ਤੁਸੀਂ ਹੱਕ ਅਦਾ ਕਰ ਦਿੱਤਾ ਯਾਰ, ਇਸ ਤੋਂ ਸੋਹਣਾ ਪੁਰਸਾ ਹੋ ਹੀ ਨਹੀਂ ਸਕਦਾ। ਜ਼ਹਰਾ ਜਾਈਆਂ ਤੁਹਾਡੇ ਤੇ ਰਾਜ਼ੀ ਹੋਵਣ ਜੀ। ਮੈਂ ਬਿਸਮਿਲ੍ਲਾ ਕਰਾਂ ਸੈਯਦਾ ਦੇ ਅੱਗਾ ਗੋਲ ਅਮੀਰ ਬਾਬਾ ਮਿਲਣ ਆਇਆ। ਉਹ ਅਲੀ ਅਕਬਰ ਦੇ ਮਾਤਮੀਓ ਅੱਧੀ ਰਾਤ ਦਾ ਵੇਲੇ ਸੈਯਦਾ ਤੇਰਾ ਮਹਿਮਾਨਾ, ਇੱਕ ਦੁਆ ਮੰਗਦਾ ਮੇਰੇ ਅੱਲਾ, ਸ਼ਾਲਾ ਧੀਆਂ ਦੇ ਸਾਹਮਣੇ ਬੁੱਢੜੇ ਪਿਓ ਨਾ ਰੋਵੇ ਨਾ। ਜਿਹੜੇ ਵੇਲੇ ਅਲੀ ਰੁਨੈ ਧੀ ਤਲੀਆਂ ਟੇਕ ਕੇ ਉੱਠਦੀ ਆਈਏ, ਦਾੜੀ ਥੱਲੇ ਹੱਥ ਰੱਖ ਗਿਆ ਦੀ ਵੇ ਉਜੜੀ ਦਾ ਬਾਬਾ ਗਾਜ਼ੀ ਦੇ ਜੀਂਦਿਆਂ ਕੈ ਰਵਾਈ। ਵਾਹ 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 ਵਾਹ, ਕਦਾ ਹੋ ਗਿਆ ਆਖਰੀ ਵੈਨ, ਇੱਜ਼ਤਦਾਰ ਭਰਾ ਦੇ ਹਵਾਲੇ ਮਿੰਬਰ ਪਿਆ ਕਰਦਾ, ਉਹ ਮੇਰਾ ਅਮੀਰ ਬਾਬਾ ਮੇਰਾ ਗਾਜ਼ੀ ਜੀਆ ਭਰਾ ਜੀਂਦਾ ਕਿਉਂ ਪਿਆ ਰੋਂਦਾ। ਸੈਯਦਾ ਦਿਆਲੀਆ ਬੇਟਾ ਤੇਰੇ ਦੁੱਖ ਰੁਵੇਂਦੇ ਨੇ, ਤੇਰੇ ਦਰਦ ਰੁਵੇਂਦੇ ਨੇ, ਹੱਥ ਬੰਨ ਕੇ ਆਦੀ ਵੇ ਉਜੜੀ ਦਾ ਬਾਬਾ ਧੀ ਦਾ ਕਿਹੜਾ ਦਰਦ ਆਈ। ਸੈਯਦਾ ਦਿਆਲੀਆ ਬੇਟਾ ਹੋ ਸਕਦਾ ਮੇਰੀ ਆਖਰੀ ਅਜ਼ਾਨ ਹੋਵੇ, ਮੇਰੀ ਮਰਜ਼ੀ ਏ ਤੇਰੇ ਜ਼ਿੰਮੇ ਕੰਮ ਲਾਵਾਂ। ਰੋ ਕਿਆ ਦੇ ਨਾਲ ਯਾ ਬੇਟਾ ਤੇਰੇ ਹਸਨ ਭਰਾ ਨੂੰ ਮੈਂ ਮਦੀਨਾ ਸਮਝਾਇਆ, ਤੇਰੇ ਹੁਸੈਨ ਭਰਾ ਨੂੰ ਮੈਂ ਕਰਬਲਾ ਸਮਝਾਈਏ, ਤੇਰੇ ਗਾਜ਼ੀ ਭਰਾ ਨੂੰ ਮੈਂ ਚੁੱਪ ਸਮਝਾਈਏ। ਰੋ ਕਿਆ ਦੀ ਬਾਬਾ ਮੇਰੇ ਵਾਸਤੇ ਕਿਹੜਾ ਹੁਕਮ ਹੈ। ਅਲੀ ਧੀ ਦਾ ਸਰ ਚੁੰਮ ਕਿਆ ਦਿਨ ਇੱਕੋ ਗੱਲ ਯਾਦ ਰੱਖੇ, ਤੂੰ ਘਰ ਵਿੱਚ ਟੁਰਨਾ ਹਾਯੋ ਸਿੱਖਿਆ ਕਰ ਕੋਈ ਆਸੀਆ ਜ਼ੈਨਬ, ਹਾਯੋ ਦੋਰੇ ਇਹੋ ਚਿੰਤਾ ਹੈ। ਅੱਲਾ ਲਾਨਤ ਅੱਲਾ ਹੈ।